ਪੰਜਾਬ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਪ੍ਰਭਾਵ 'ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਕੱਲ੍ਹ ਲਾਏ ਗਏ ਕਰਫਿਊ ਤੋਂ ਬਾਅਦ ਜ਼ਿਲ੍ਹੇ 'ਚ ਉਤਪੰਨ ਸਥਿਤੀ ਅਤੇ ਕਰਫਿਊ ਦੌਰਾਨ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਤੇ ਵਿਚਾਰ ਕੀਤੀ ਗਈ। ਉਪਰੰਤ ਇਹ ਫੈਸਲਾ ਲਿਆ ਗਿਆ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਆਮ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਮਨੁੱਖੀ ਕੜੀ ਨੂੰ ਤੋੜ ਕੇ ਇਸ ਦਾ ਹੋਰ ਪ੍ਰਭਾਵ ਬਣਨ ਜਾਂ ਇਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਮੀਟਿੰਗਾਂ ਦੌਰਾਨ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫਿਊ ਦੌਰਾਨ ਜ਼ਿਲ੍ਹੇ 'ਚ ਦੁੱਧ ਦਹੀਂ ਘਰਾਂ ਤੱਕ ਸਪਲਾਈ ਦੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਛੋਟ ਤੋਂ ਬਾਅਦ ਹੁਣ ਦਵਾਈਆਂ, ਸੁੱਕੇ ਰਾਸ਼ਨ ਅਤੇ ਸਬਜ਼ੀਆਂ ਦੀ ਹੋਮ ਡਿਲੀਵਰੀ ਸ਼ੁਰੂ ਕਰਵਾ ਦਿੱਤੀ ਜਾਵੇਗੀ। ਪਰ ਨਾਲ ਹੀ ਉਹਨਾਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਗਿਆ ਕਿ ਉਹ ਰਾਸ਼ਨ ਅਤੇ ਸਬਜ਼ੀ ਸਪਲਾਈ ਲੈ ਕੇ ਆਉਣ ਵਾਲੀਆਂ ਗੱਡੀਆਂ ਅਤੇ ਠੇਲਾ ਰੇਹੜੀਆਂ 'ਤੇ ਭੀੜ ਨਾ ਇਕੱਠੀ ਕਰਨ ਅਤੇ ਇੱਕ ਸਮੇਂ ਕੇਵਲ ਇੱਕ ਵਿਅਕਤੀ ਘਰ ਤੋਂ ਬਾਹਰ ਨਿਕਲੇ। ਸ਼ਹੀਦ ਭਗਤ ਸਿੰਘ ਨਗਰ ਵਿੱਚ ਜਿਹੜੀ ਕੱਲ੍ਹ ਅਸੀਂ ਜਿਹੜਾ ਕਰਫਿਊ ਕੋਵਿਡ-19 ਨੂੰ ਦੇਖਦੇ ਹੋਏ ਲਗਾਇਆ, ਉਹਦੇ ਵਿੱਚ ਅੱਜ ਅਸੀਂ ਲਗਾਤਾਰ ਇਹ ਮਹਿਸੂਸ ਕਰਦੇ ਰਹੇ ਹਾਂ ਕਿ ਲੋਕਾਂ ਦੀ ਕਨਵੀਨੀਅੰਸ ਕਰਫਿਊ ਦੌਰਾਨ ਕਿਸ ਤਰ੍ਹਾਂ ਬਣਾਈ ਜਾਵੇ। ਸੋ ਮੈਂ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹਾਂ ਔਰ ਕੋਸ਼ਿਸ਼ ਇਹ ਹੈ ਕਿ ਘਰ ਤੋਂ ਘਰ ਅਸੀਂ ਡੋਰ ਸਟੈਪ ਦੇ ਉੱਤੇ ਲੋਕਾਂ ਨੂੰ ਡਿਲੀਵਰੀ ਕਿਸ ਤਰੀਕੇ ਨਾਲ ਪਹੁੰਚਾਈਏ। ਸੋ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਮੇਰੇ ਕੋਈ ਸੱਜਣ ਜਿਨ੍ਹਾਂ ਦੀ ਕੋਈ ਸਿਹਤ ਠੀਕ ਨਹੀਂ ਹੈ ਉਹਨਾਂ ਵਾਸਤੇ ਉਹਨਾਂ ਦੇ ਘਰ ਮੈਡੀਸਨ ਜਿਹੜੀ ਹੈ ਉਹਨੂੰ ਪਹੁੰਚਾਉਣ ਵਾਸਤੇ ਇੱਕ ਉਪਰਾਲਾ ਕੀਤਾ ਹੈ। ਕੱਲ੍ਹ ਸਵੇਰੇ 10 ਵਜੇ ਤੋਂ ਬਾਅਦ ਜਿਹੜੇ ਅਸੀਂ ਨੰਬਰ ਜਿਹੜੇ ਹੈ ਟੈਲੀਫੋਨ ਨੰਬਰਸ ਦੇ ਰਹੇ ਹਾਂ, ਉਹਨਾਂ ਟੈਲੀਫੋਨ ਨੰਬਰ 'ਤੇ ਕੋਈ ਵੀ ਸੱਜਣ ਫੋਨ ਕਰ ਸਕਦਾ ਔਰ ਉਹ ਸੱਜਣ ਜੇ ਉਹ ਟੈਲੀਫੋਨ ਕਰੇਗਾ ਤਾਂ ਉਸਨੂੰ ਕੰਟਰੋਲ ਰੂਮ ਦੇ ਉੱਤੇ ਹੀ ਸਹੂਲਤ ਮਿਲੇਗੀ ਔਰ ਉਸ ਤੋਂ ਬਾਅਦ ਡਿਲੀਵਰੀ ਜਿਹੜੀ ਹੈਗੀ ਹੈ ਉਹਦੇ ਘਰ ਵਿੱਚ ਜਿਹੜੀ ਹੈ ਉਹ ਦਿੱਤੀ ਜਾਏਗੀ। ਇਹ ਉਪਰਾਲਾ ਜਿਹੜਾ ਹੈਗਾ ਇਹ ਸ਼ਾਮ ਨੂੰ ਅਸੀਂ 6 ਵਜੇ ਤੱਕ ਕਰਾਂਗੇ। ਸੋ ਮੇਰਾ ਭਾਵ ਹੈਗਾ ਕਿ ਇਹ 'ਚ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੋਈ ਵੀ ਬਿਮਾਰ ਵਿਅਕਤੀ ਆਪਣੀ ਮੈਡੀਸਨ ਜਿਹੜੀ ਹੈਗੀ ਹੈ ਕੰਟਰੋਲ ਰੂਮ 'ਤੇ ਫੋਨ ਕਰਕੇ ਲੈ ਸਕਦਾ ਹੈ। ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਵੀ ਲੋਕਾਂ ਨੂੰ ਸਾਵਧਾਨੀਆਂ ਵਰਤਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਜੋ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਔਰ ਖਾਸ ਕਰ ਮੇਰੇ ਹਲਕੇ ਬੰਗਾ ਦੇ ਵਿੱਚ ਜੋ ਕਰੋਨਾ ਦਾ ਡਰ ਔਰ ਜੋ ਕਹਿਰ ਜਿਸ ਤੋਂ ਲੋਕ ਡਰੇ ਹੋਏ ਨੇ, ਤੁਹਾਡੇ ਨਾਲ ਗੱਲਬਾਤ ਕਰਨ ਲਈ, ਤੁਹਾਨੂੰ ਹੱਲਾਸ਼ੇਰੀ ਦੇਣ ਲਈ, ਤੁਹਾਡੇ ਨਾਲ ਇਹ ਕਹਿਣ ਲਈ ਮੈਂ ਅੱਜ ਤੁਹਾਡੇ ਰੂਬਰੂ ਹੋਇਆ ਕਿ ਅਸੀਂ ਇਸ ਬਿਮਾਰੀ ਦੇ ਇਸ ਬਿਪਤਾ ਦੇ ਮੌਕੇ 'ਤੇ ਸਾਰਿਆਂ ਨੇ ਇਕੱਠੇ ਹੋ ਕੇ ਇਹਦੇ ਖਿਲਾਫ ਲੜਾਈ ਲੜਨੀ ਹੈ ਔਰ ਕਰੋਨਾ ਨੂੰ ਹਰਾਉਣਾ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਔਰ ਇਸ ਨੂੰ ਹਰਾਉਣ ਲਈ ਜੋ ਵੀ ਪ੍ਰੀਕੋਸ਼ਨ ਲੈਣੇ ਪੈਣ, ਜਿਹੜੇ ਅੱਜ ਸਰਕਾਰ ਨੇ ਬੜਾ ਹਾਰਡ ਸਟੈਪ ਲਿਆ ਜੇ ਅੱਜ ਕਰਫਿਊ ਲਾਉਣਾ ਪਿਆ, ਇਹ ਕਰਫਿਊ ਜਿਹੜਾ ਆ ਮੈਂ ਸਮਝਦਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਹੈ। ਕਿਉਂ ਕਿਤੇ ਨਾ ਕਿਤੇ ਅਸੀਂ ਪਿਛਲੇ ਦਿਨਾਂ ਹੀ ਦੇਖਿਆ ਕਿ ਅਸੀਂ ਬੜੀਆਂ ਅਣਗਹਿਲੀਆਂ ਕੀਤੀਆਂ, ਅਸੀਂ ਡਾਕਟਰਾਂ ਦੀ ਸਲਾਹ ਨਹੀਂ ਮੰਨੀ ਔਰ ਡਾਕਟਰ ਜਿਹੜੇ ਦਿਨ ਰਾਤ ਸਾਡੇ ਲਈ ਇੱਕ ਕਰ ਰਹੇ ਆ। ਮੈਂ ਸਭ ਤੋਂ ਪਹਿਲਾਂ ਤਾਂ ਡਾਕਟਰਸ, ਪੈਰਾਮੈਡੀਕਲ ਸਟਾਫ,
ਔਰ ਇੱਥੋਂ ਤੱਕ ਜਿਹੜੇ ਸਫਾਈ ਸੇਵਕ ਵੀ ਨੇ, ਪੁਲਿਸ ਆ ਔਰ ਸਿਵਲ ਐਡਮਿਨਿਸਟ੍ਰੇਸ਼ਨ ਆ, ਜਿਹੜੀ ਦਿਨ ਰਾਤ ਇਸ ਕਰਕੇ ਲੱਗੀ ਹੈ, ਆਪਣਾ ਡਰ ਛੱਡ ਕੇ ਉਹ ਸਾਨੂੰ ਬਚਾਉਣ 'ਤੇ ਲੱਗੀ ਹੈ। ਅਸੀਂ ਉਹਨਾਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਦੀ ਗੱਲਾਂ ਨਹੀਂ ਮੰਨੀਆਂ, ਅੱਜ ਸਾਨੂੰ ਕਰਫਿਊ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਮੈਂ ਇਹ ਡਰਾਉਣ ਲਈ ਤੁਹਾਡੇ ਵਿੱਚ ਨਹੀਂ ਆਇਆ, ਕਿਉਂਕਿ ਮੈਂ ਜਿੱਥੇ MLA ਹੈ ਡਾਕਟਰ ਵੀ ਹਾਂ, ਔਰ ਮੈਂ ਆਪਣੀ ਡਿਊਟੀ ਬੜੀ ਚੰਗੀ ਤਰ੍ਹਾਂ ਕਰਨੀ ਜਾਣਦਾ, ਔਰ ਮੈਂ ਅੱਜ ਸਮੇਂ ਦੀ ਲੋੜ ਵੀ ਇੱਕ ਮੈਂ ਕਰਾਂ, ਕਿਉਂਕਿ ਅੱਜ ਜੇਕਰ ਅਸੀਂ ਇਕੱਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਹੁਣ ਤੱਕ ਕੋਈ ਜੋ 26 ਕੇਸ ਦੇ ਆ ਗਏ ਆ, ਔਰ ਚੰਡੀਗੜ੍ਹ ਦੇ ਵਿੱਚ 7 ਕੇਸ ਪੋਜ਼ਿਟਿਵ ਆਏ ਆ, ਔਰ ਸਾਰੇ ਇੰਡੀਆ ਦੇ ਵਿੱਚ ਕੋਈ 500 ਦੇ ਕਰੀਬ ਕੇਸ ਹੁਣ ਤੱਕ ਪੋਜ਼ਿਟਿਵ ਆ ਚੁੱਕਾ। ਔਰ ਜਦੋਂ ਇਹਦੀ ਕੋਈ ਸਾਡੇ ਕੋਲ ਦਵਾਈ ਨਹੀਂ, ਸਿਰਫ ਅਤੇ ਸਿਰਫ ਪ੍ਰੀਕੋਸ਼ਨ ਜਾਂ ਬਚਾਓ ਹੀ ਇੱਕ ਹੀਲਾ ਆ, ਤਾਂ ਸਾਨੂੰ ਸਾਰਿਆਂ ਨੂੰ ਜੋ ਡਾਕਟਰਸ ਕਹਿੰਦੇ ਆ, ਜੋ ਸਰਕਾਰਾਂ ਕਹਿੰਦੀਆਂ, ਉਹਦੀ ਉਹਨੂੰ ਫੋਲੋ ਕਰਨਾ ਚਾਹੀਦਾ, ਸਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।